ਸੜਕ ਤੇ ਲੇਟੇ ਖਾ ਰਿਹਾ ਹੈ ਪੰਜਾਬ ਪੁਲਿਸ ਦਾ ਮੁਲਾਜ਼ਮ ਜੋ ਦਿਨ ਦਿਹਾੜੇ ਆਪਣੀ ਡਿਊਟੀ ਕੁਝ ਇਸ ਤਰੀਕੇ ਨਾਲ ਕਰ ਰਿਹਾ ਜਿਸ ਨੂੰ ਇੱਥੋਂ ਤੱਕ ਹੋਸ਼ ਹਵਾਜ਼ ਨਹੀਂ ਕਿ ਉਹ ਆਪਣੀ ਡਿਊਟੀ ਕਿਸ ਤਰੀਕੇ ਨਾਲ ਕਰ ਰਿਹਾ। ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜੋ ਡਰਾਈਵਰ ਦੱਸਿਆ ਜਾ ਰਿਹਾ ਪੁਲਿਸ ਵਿਭਾਗ ਦਾ ਘੰਟਾ ਚਲਾਉਂਦਾ। ਤਸਵੀਰਾਂ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਪੁਲਿਸ ਮੁਲਾਜ਼ਮ ਆਪਣੇ ਆਪ ਨੂੰ ਵੀ ਨਹੀਂ ਸੰਭਾਲ ਪਾ ਰਿਹਾ ਪਰ ਨਜ਼ਦੀਕ ਖੜੇ ਕੁਝ ਲੋਕਾਂ ਵੱਲੋਂ ਇਸ ਮੁਲਾਜ਼ਮ ਨੂੰ ਚੁੱਕਣ ਦੀ ਬਜਾਏ ਮੋਬਾਈਲ ਫੋਨ ਕੱਢ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਇਸ ਮੁਲਾਜ਼ਮ ਦਾ ਖੂਬ ਮਜ਼ਾਕ ਵੀ ਉਡਾਇਆ। ਪਹਿਲਾਂ ਤੁਸੀਂ ਵੀ ਦੇਖੋ ਸੋਸ਼ਲ ਮੀਡੀਆ ਤੇ ਵਾਇਰਲ ਹੈ ਪੂਰੀ ਵੀਡੀਓ। ਇਹ ਡਰਾਈਵਰ ਹੈ ਪੰਜਾਬ ਪੁਲਿਸ ਦਾ ਵੇਖੋ ਗਾੜੀਆਂ ਦੇ ਜਾ ਬੁਰਾ ਰੇ ਇਹਦੀ ਚਾਬੀ ਦੇ ਦੋ ਉੱਥੇ ਫੜ ਕੇ ਇਹਨੇ ਮਾਰਨ ਵਿੱਚ ਕਿਸੇ ਦੇ ਫਿਰ ਇਹਨੇ ਗੱਡੀ ਚਲਾ ਲਈ ਇੱਥੇ ਇਹ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਦੇ ਵਿੱਚ ਹੈ ਜਾਂ ਫਿਰ ਬਿਮਾਰੀ ਦੀ ਹਾਲਤ ਦੇ ਵਿੱਚ ਇਸ ਬਾਰੇ ਹਾਲੇ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਸ ਮੁਲਾਜ਼ਮ ਦਾ ਲੋਕਾਂ ਵੱਲੋਂ ਮਜ਼ਾਕ ਉਡਾਇਆ ਜਾ ਰਿਹਾ ਇਹ ਨਿੰਦਣਯੋਗ ਹੈ। ਜੇਕਰ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਦੇ ਵਿੱਚ ਹੈ ਤਾਂ ਵੀਡੀਓ ਬਣਾਉਣ ਦੀ ਬਜਾਏ ਸੰਬੰਧਿਤ ਥਾਣੇ ਨੂੰ ਸੂਚਿਤ ਕੀਤਾ ਜਾ ਸਕਦਾ ਸੀ। ਅਗਰ ਇਸ ਮੁਲਾਜ਼ਮ ਦੀ ਸਿਹਤ ਠੀਕ ਵੀ ਨਹੀਂ ਹੈ ਤਾਂ ਇਸ ਤਰੀਕੇ ਨਾਲ ਇਸ ਮੁਲਾਜ਼ਮ ਦਾ ਮਜ਼ਾਕ ਉਡਾਉਣਾ ਠੀਕ ਗੱਲ ਨਹੀਂ ਹੈ। ਜੋ ਸਾਡੇ ਲੋਕਾਂ ਨੂੰ ਜ਼ਰੂਰਤ ਹੈ ਮੋਬਾਈਲ ਫੋਨ ਕੱਢ ਕੇ ਵੀਡੀਓ ਬਣਾਉਣ ਦੀ ਥਾਂ ਮਾੜੇ ਲੋਕਾਂ ਦਾ ਭਲਾ ਕਰੀਏ ਅਤੇ ਜੇ ਚੰਗੇ ਲੋਕਾਂ ਦਾ ਵੀ ਭਲਾ ਕਰੀਏ ਤਾਂ ਸਾਡੇ ਸਮਾਜ 'ਚ ਸੁਧਾਰ ਆ ਸਕੇ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਆਪਣੇ ਸੁਝਾਅ ਜ਼ਰੂਰ ਦੇਵੋ। ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਧੰਨਵਾਦ। ਇਹਦੀ ਚਾਬੀ ਦੇ ਦਿਓ ਉੱਥੇ ਫੜ ਕੇ ਇਹਨੇ ਮਾਰਨਾ ਵਿੱਚ ਕਿਸੇ ਦੇ ਫਿਰ ਇਹਨੇ ਗੱਡੀ ਚਲਾ ਦੇਣੀ ਗਏ ਉੱਥੇ ਰੋਟੀ ਹੋ ਜਾਊ ਵਿਚਾਰਾ ਇਹ ਮਾਰਦ ਲੱਗਾ ਸਾਨੂੰ ਮਾਰਦ ਲੱਗਾ ਆਪਣੇ ਕੋਲ ਭਲਾ ਹੋਵੇ ਇਹਦੀ ਫੋਟੋ ਚਲੇਗੀ ਨਾ ਉਹਨਾਂ ਨੇ ਉਹ ਕਰ ਦੋ ਘੰਟੇ ਲੋਕਾਂ ਬਣਾ ਕੇ ਲੈ ਗਏ ਹੋਏ ਆ।